ਲੁਧਿਆਣਾ ਥਾਣਾ ਡਾਬਾ ਦੇ ਅੰਦਰ ਆਉਂਦੇ ਇਲਾਕੇ ਨਜ਼ਦੀਕ ਮੈੜ ਦੀ ਚੱਕੀ ਕੋਲ ਮਾਹੌਲ ਉਸ ਵਕਤ ਦਹਿਸ਼ਤ ਵਾਲਾ ਹੋ ਗਿਆ ਜਦੋਂ ਅੱਜ ਸਵੇਰੇ 7:30 ਵਜੇ ਗਲੀ ਵਿੱਚ ਆਪਣੇ ਕੁੱਤੇ ਨੂੰ ਘੁਮਾ ਰਹੇ ਸ਼ਰਨਪਾਲ ਉਰਫ ਸ਼ਾਲੂ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ADCP ਰਤਨ ਸਿੰਘ ਬਰਾੜ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਗੋਲੀ ਮਾਰਨ ਵਾਲੇ ਵਿਅਕਤੀ ਦੀਆਂ ਤਸਵੀਰਾਂ CCTV ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਸ਼ਰਨਪਾਲ ਸ਼ਾਲੂ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅੱਜ ਸਵੇਰੇ ਇੱਥੇ ਇੰਸੀਡੈਂਟ ਹੋਇਆ ਹੈਗਾ ਮੈਟ ਦੀ ਚੱਕੀ ਦੇ ਕੋਲ। ਜਿਹੜਾ ਹੈ ਸ਼ਾਲੂ ਨਾਂ ਦਾ ਲੜਕਾ ਹੈ, 38 ਸਾਲ ਉਮਰ ਹੈ ਜੀ। ਇਹ ਆਪਣਾ ਕੁੱਤਾ ਘੁਮਾਉਣ ਆਇਆ ਸੀਗਾ, ਮੇਨ ਗਲੀ ਤੋਂ ਇਹ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਇਸ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਗੋਲੀ ਮਾਰਤੀ, ਜਿਸ ਦੀ ਤਲਾਸ਼ ਜਾਰੀ ਹੈ ਔਰ ਹੋਪਫੁਲੀ ਅਸੀਂ ਉਹਨੂੰ ਜਲਦੀ ਫੜ ਲਾਂਗੇ। ਇਹਦੇ ਉੱਤੇ ਹਲੇ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿਉਂ ਗੱਲ ਹੋਈ ਹੈ, ਕੀ ਹੋਈ ਹੈ, ਕਿਉਂਕਿ ਹਲੇ ਅਸੀਂ ਇੱਥੇ ਜੋ ਸਾਰਾ ਉਹ ਕਰ ਰਹੇ ਹਾਂ, ਪਰ ਬੰਦਾ ਫੜਿਆ ਜਾਏਗਾ ਜੀ, ਇਹਨੂੰ ਹੋਪਫੁਲੀ ਫੜਿਆ ਜਾਏਗਾ। ਉਹਦਾ ਹੋਸਪਿਟਲ 'ਚ ਸਰਜਰੀ ਚੱਲ ਰਹੀ ਹੈ, ਗੋਲੀ ਸਿਰ ਦੀ ਬੈਕ ਸਾਈਡ ਦੇ ਉੱਤੇ, ਇੱਕ ਫਾਇਰ ਅਤੇ ਇਹਨੂੰ ਹਾਲੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੀ, ਆ ਜਾਏਗਾ, ਲੱਗ ਜਾਏਗਾ ਪਤਾ, ਸਾਰਾ ਕਲੀਅਰ ਹੋ ਜਾਏਗਾ। ਅਤੇ ਹਾਂ ਚੱਲੇ, ਉਹ ਵੀ ਖੰਗਾਲ ਰਹੇ ਹਾਂ, CCTV ਫੁਟੇਜ ਅਸੀਂ ਦੇਖ ਰਹੇ ਹਾਂ। ਇੱਕ ਬਹੁ ਹੈ ਜੀ, ਮੈਟ ਦੀ ਚੱਕੀ 16 ਨੰਬਰ ਦੀ, ਸ਼ਰਨਪਾਲ ਸਿੰਘ ਸ਼ਾਲੂ ਹੈ ਜੀ, ਇਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਇਹ ਜਾਨਵਰ ਨੂੰ ਸੈਲ ਕਰਾਉਣ ਵਾਸਤੇ ਗਿਆ ਸੀ ਸਰ, ਪਤਾ ਨਹੀਂ ਸਰ, ਸਾਨੂੰ ਨਹੀਂ ਅਜੇ ਪਤਾ ਜੀ, ਇਹ 7:30 ਵਜੇ ਤਾਂ ਆਊਗਾ ਜੀ, ਪੱਕਾ ਨਹੀਂ ਪਤਾ, ਜੋ ਇਨਸਾਫ ਮਿਲਣਾ ਚਾਹੀਦਾ ਸਾਨੂੰ। ਹਾਂਜੀ, ਰਿਸ਼ਤੇਦਾਰ ਸੀ ਸਾਡੇ, ਨਹੀਂ ਇੰਨਾ ਨਹੀਂ ਸਰ ਪਤਾ ਸਾਨੂੰ। ਕੈਮਰਾਮੈਨ ਟਿੰਕੂ ਦੇ ਨਾਲ ਬਿਊਰੋ ਰਿਪੋਰਟ, KDT ਨਿਊਜ਼ ਲੁਧਿਆਣਾ। ਹਾਂਜੀ, ਫੋਟੋ ਵੀ ਬੰਦੇ ਦੀ ਆਈ ਜੀ, ਹਾਂਜੀ ਆਉਂਦੀ ਆਈ ਹੈ ਜੀ ਫੋਟੋ, ਮੁੰਡਾ ਕਿਤੇ ਤੋਂ ਬਾਹਰ ਨਹੀਂ ਸਰ, ਅੱਜ ਤਾਂ ਸੀਰੀਅਸ ਆ ਜੀ।